ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਬਈ ਜੀ ਅੱਜ ਆਪਾਂ ਬਹੁਤ ਇੱਕ ਜ਼ਰੂਰੀ ਜਿਹੜੀ ਨਿਊਜ਼ ਆ ਉਹ ਪੜ੍ਹ ਰਹੇ ਸੀ ਦੁਨੀਆ ਦਾ ਉਹ ਮਹਾਨ ਘਟਿਆ ਲੀਡਰ ਜਿਨੇ ਪੰਜਾਬੀਅਤ ਦਾ ਜਿਨੇ ਪੰਜਾਬੀਆਂ ਦਾ ਜਿਨੇ ਕੌਮ ਦਾ ਬੜਾ ਵੱਡਾ ਨੁਕਸਾਨ ਕੀਤਾ ਔਰ ਜੇ ਆਪਾਂ ਕਹਿ ਦਈਏ ਕੱਲਾ ਪੰਜਾਬ ਹਿੰਦੁਸਤਾਨ ਜਾਂ ਪੂਰੀ ਦੁਨੀਆ ਚੋਂ ਜਿਹੜਾ ਸਭ ਤੋਂ ਘਟਿਆ ਬੰਦਾ ਉਸ ਲੀਡਰ ਦਾ ਅੱਜ ਮੈਂ ਬਿਆਨ ਪੜ੍ਹ ਰਿਹਾ ਸੀ ਉਹਦਾ ਨਾਮ ਹੈ ਮਨਿੰਦਰਜੀਤ ਸਿੰਘ ਬਿੱਟਾ ਉਹ ਬਿਆਨ ਦੇ ਰਿਹਾ ਸੀ ਕਿ ਸਾਨੂੰ ਗਲਤੀ ਮੰਨ ਲੈਣੀ ਚਾਹੀਦੀ ਹੈ ਲੀਡਰਾਂ ਨੂੰ ਹੈ ਜੀ ਪਰ ਉਸ ਘਟਿਆ ਬੰਦੇ ਨੂੰ ਮੈਂ ਤੁਹਾਡੇ ਜ਼ਰੀਏ ਇੱਕ ਬੇਨਤੀ ਕਰਨੀ ਚਾਹੁੰਦਾ ਸੀ ਕਿ ਤੂੰ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਤੂੰ ਪੰਜਾਬੀਅਤ ਦਾ ਤੂੰ ਸਿੱਖੀ ਦਾ ਬਹੁਤ ਵੱਡਾ ਘਾਣ ਕੀਤਾ ਮਾਫੀ ਤੂੰ ਕਹਿ ਰਹੇ ਲੀਡਰਾਂ ਨੂੰ ਮੰਗ ਲੈਣੀ ਚਾਹੀਦੀ ਆ ਕੱਲੀਆਂ ਮਾਫੀਆਂ ਨਾਲ ਲੋਕਾਂ ਦਾ ਢਿੱਡ ਪਰਜੂਗਾ ਪਹਿਲਾਂ ਤਾਂ ਜਿਹੜਾ ਉਹਨੇ ਇੱਕ ਘਟਿਆ ਕਾਰ ਇਹ ਕਰ ਕਰਕੇ ਜੋ ਸਾਰੇ ਬੱਚੇ-ਬੱਚੇ ਨੂੰ ਪਤਾ ਹੈ ਕਿ ਕਿੱਦਾਂ ਉਹਨੇ ਨੌਜਵਾਨ ਮੁੰਡੇ ਮਰਵਾਏ ਕਿੱਦਾਂ ਉਹਨੇ ਕੀ ਕੀ ਹਾਲਾਤ ਪੈਦਾ ਕਰਕੇ ਇੱਕ ਸਕੌਲਟੀਆਂ ਲੈਣ ਲਈ ਇੱਕ ਬੰਗਲੇ ਲੈਣ ਲਈ ਇਹ ਕੁਛ ਕੀਤਾ ਜਿੱਥੇ ਸਭ ਤੋਂ ਪਹਿਲਾਂ ਮੈਂ ਉਹਨੂੰ ਜੇ ਆ ਵੀਡੀਓ ਦੇ ਤੱਕ ਜਾਂਦੀ ਆ ਉਹਨੂੰ ਇਹ ਕਹਿਣਾ ਕਿ ਸਭ ਤੋਂ ਪਹਿਲਾਂ ਤਤੂਆ ਜਿਹੜੀ ਨਾਲ ਸਕਿਉਰਟੀ ਰੱਖੀ ਹੋਈ ਆ ਨਾ 50 55 ਗਨਮੈਨ ਇਹ ਵਾਪਸ ਕਰ ਘਟੋ ਘਟੇ ਆਪਣੀ ਜਗ੍ਹਾ ਤੇ ਜਾ ਕੇ ਕਿਤੇ ਸਹੀ ਨੌਕਰੀ ਡਿਊਟੀ ਕਰਨਗੇ ਤਾਂ ਗਵਰਨਮੈਂਟ ਦਾ ਇੱਕ ਬੰਦੇ ਦਾ 60000 ਰੁਪਇਆ ਖਰਚਾ ਹੈ ਤਾਂ 50 ਬੰਦਿਆਂ ਦਾ 30 ਲੱਖ ਰੁਪਇਆ ਮਹੀਨੇ ਦਾ ਬਣਦਾ ਉਸ ਤੋਂ ਬਾਅਦ ਜਿਹੜਾ ਤੈਨੂੰ ਦਿੱਲੀ ਸਰਕਾਰ ਨੇ ਬੰਗਲਾ ਦਿੱਤਾ ਹੋਇਆ ਉਹ ਵਾਪਸ ਕਰ ਹਨਾ ਜੀ ਫੇਰ ਜਿਹੜੇ ਤੂੰ ਸਰਕਾਰੀ ਪੱਤੇ ਲੈ ਰਹੇ ਉਹ ਵਾਪਸ ਕਰ ਕੀ ਹੈ ਤੂੰ ਡਰਾਮੇबाजी ਹੀ ਕਰੀ ਜਾਂਦੇ ਨੇ ਅੱਜ ਤੱਕ ਇਸ ਕਰਕੇ ਤਾਂ ਸਮਾਜ ਦਾ ਭਲਾ ਹੋ ਸਕਦਾ ਦੂਜੀ ਸਾਰੇ ਪੰਜਾਬ ਦੇ ਲੀਡਰ ਸਹਿਬਾਨਾਂ ਨੂੰ ਖਾਸ ਕਰਕੇ ਆਪਾਂ ਪੰਜਾਬੀਆਂ ਦੀ ਗੱਲ ਕਰੀਏ ਪੰਜਾਬ ਬਹੁਤ ਅਮੀਰ ਵਿਰਸਾ ਹੈ ਪੰਜਾਬ ਬਹੁਤ ਗੁੱਸਾ ਆਪਾਂ ਸਾਰੇ ਬਿਆਨ ਵੀ ਦੇਈ ਜਾਂਦੇ ਆ ਉਧਰੋਂ ਤਰੀਕ ਇੱਕ ਦੂਜੇ ਤੇ ਗੱਲਾਂ ਵੀ ਚਲਾ ਰਹੇ ਆ ਪਰ ਇਹ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕੋਈ ਕਿਸੇ ਵੀ ਪਾਰਟੀ ਨਾਲ ਜੁੜਿਆ ਹੋਇਆ ਚਾਹੀਏ ਦੇਖੋ ਤੁਹਾਨੂੰ ਲੋਕ ਵੋਟਾਂ ਪਾਉਂਦੇ ਆ ਵੋਟਾਂ ਪਾਉਂਦੇ ਆ ਜੀ ਫਿਰ ਵੋਟਾਂ ਨਾਲ ਚੁਣ ਕੇ ਆਪਾਂ ਐਮਪੀ ਪੰਜ ਸਾਲ ਜਾਂ ਮੰਤਰੀ ਰਹਿੰਦੇ ਆ ਕੋਈ ਮੁੱਖ ਮੰਤਰੀ ਬਣਦਾ ਕੋਈ ਵਿਧਾਇਕ ਬਣਦਾ ਉਹ ਲੋਕਾਂ ਦੀ ਦੇਣ ਆ ਤਿਲਕੜ ਬਾਜੀ ਆ ਕਈ ਹਾਰ ਜਾਂਦੇ ਨੇ ਕਈ ਜਿੱਤ ਜਾਂਦੇ ਨੇ ਜਿਹੜੇ ਜਿੱਤੇ ਆ ਉਹਨਾਂ ਨੂੰ ਹੱਥ ਮਲ ਕੇ ਇੱਕ ਬੇਨਤੀ ਆ ਕਿ ਤਿੰਨ ਮਹੀਨਿਆਂ ਦੀ ਆਉਣ ਵਾਲੇ ਜਿਹੜੇ ਅਗਲੇ ਤਿੰਨ ਮਹੀਨੇ ਨੇ ਉਹ ਤਿੰਨ ਮਹੀਨਿਆਂ ਦੀਆਂ ਜਿਹਨੂੰ ਜਿੰਨੀਆਂ ਪੈਨਸ਼ਨਾਂ ਮਿਲ ਰਹੀਆਂ ਨੇ ਜਿਹਨੂੰ ਜਿੰਨੇ ਜਿਹੜੇ ਹੈਗੇ ਆ ਉਹ ਤਨਖਾਹਾਂ ਮਿਲ ਰਹੀਆਂ ਨੇ ਜਿਹੜੇ ਐਮਪੀ ਨੇ ਐਮਐਲਏ ਨੇ ਸਾਫਕਾ ਨੇ ਮੌਜੂਦਾ ਨੂੰ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿ ਤੁਸੀਂ ਆਪਣੇ ਆਉਣ ਵਾਲੇ 3 ਮਹੀਨਿਆਂ ਦੀ ਜੋ ਵੀ ਤੁਹਾਨੂੰ ਮਿਲਦਾ ਹੈ ਉਹ ਜਮ੍ਹਾਂ ਕਰਾ ਦਿਓ ਜਿਵੇਂ ਤੁਹਾਡੇ ਲਈ ਪਬਲਿਕ ਖੜਦੀ ਹੈ ਜਿਵੇਂ ਤੁਹਾਡੇ ਲਈ ਲੋਕ ਖੜਦੇ ਨੇ ਜੇ ਤੁਸੀਂ ਉਹਦੇ ਨਾਲ ਲੋਕਾਂ ਨੂੰ ਕੋਈ ਮੈਡੀਕਲ ਸਹੂਲਤ ਦੋਗੇ ਲੋਕਾਂ ਨੂੰ ਕੁਝ ਹੋਰ ਐਸਾ ਕਰੋਗੇ ਤਾਂ ਪੰਜਾਬ ਦਾ ਬਹੁਤ ਵੱਡਾ ਭਲਾ ਹੋ ਸਕਦਾ ਸੋ ਇਹ ਸਾਰਿਆਂ ਨੂੰ ਬੇਨਤੀ ਆ ਖਾਸ ਕਰਕੇ ਆ ਜਿਹੜਾ ਅੱਜ ਭੁੰਕੇ ਬਿੱਟਾ ਉਹਨੂੰ ਵੀ ਆ ਵੀ ਤੂੰ ਆਪਦੀਆਂ ਪਹਿਲਾਂ ਜਿੰਨੀਆਂ ਸਹੂਲਤਾਂ ਲੈ ਰਿਹਾ ਹੈ ਉਹਨਾਂ ਨੂੰ ਸਾਰਿਆਂ ਨੂੰ ਵਾਪਸ ਕਰ ਉਸ ਤੋਂ ਬਾਅਦ ਜਿਹੜੇ ਬਾਕੀ ਦੇ ਲੀਡਰ ਸਾਹਿਬਾਨ ਨੇ ਕਿਸੇ ਵੀ ਪਾਰਟੀ ਨਾਲ ਕੋਈ ਜੁੜਿਆ ਹੋਇਆ ਉਹਨਾਂ ਨੂੰ ਵੀ ਬੇਨਤੀ ਆ ਵੀ ਕੱਲੀਆਂ ਗੱਲਾਂ ਨਾਲ ਗੱਲ ਨਹੀਂ ਬਣਨੀ ਹਾ ਤੁਸੀਂ ਜੇ ਲੋਕਾਂ ਲਈ ਅੱਜ ਖੜਨਾ ਚਾਹੁੰਦੇ ਹੋ ਕੁਝ ਕਰਨਾ ਚਾਹੁੰਦੇ ਹੋ ਤਾਂ ਆਪਣੇ 3 ਮਹੀਨਿਆਂ ਦੀ ਸਿਰਫ ਦੇਖੋ ਪਬਲਿਕ ਕਰਕੇ ਸਾਰੀ ਸਾਰੀ ਉਮਰ ਦੀਆਂ ਪੈਨਸ਼ਨਾਂ ਲੱਗਦੀਆਂ ਕਈ ਕਈ ਲੱਗਦੀਆਂ ਨੇ ਤਰਖਾਹਾਂ ਮਿਲਦੀਆਂ ਨੇ ਬੜਾ ਗੁੱਸਾ ਹੈ ਇਹ ਜਨਤਾ ਨਰਾਧਨ ਕਰਕੇ ਹੈ ਨਾ ਜੀ ਤੇ ਅੱਜ ਉਸ ਜਨਤਾ ਦੇ ਨਾਲ ਖੜਨ ਦੀ ਗੱਲ ਆ ਤੁਸੀਂ ਆਪਣੇ ਵੱਲੋਂ ਕਿਤੇ ਕੋਈ ਬੈਲਟੀਨੇਟਰ ਦੋ ਕਿਤੇ ਕੋਈ ਮੈਡੀਸ਼ਨ ਦੋ ਕਿਤੇ ਕੋਈ ਰਾਸ਼ਨ ਦੋ ਕਿਤੇ ਕੋਈ ਐਂਬੂਲੈਂਸਾਂ ਦੋ ਕਿਤੇ ਕੁਝ ਵੀ ਕਰੋ ਸਿਰਫ ਇੰਨਾ ਕੁ ਜੇ ਕਰ ਦੋ ਤਾਂ ਸਮਾਜ ਦੇ ਵਿੱਚ ਇੱਕ ਚੰਗਾ ਸੁਨੇਹਾ ਜਾ ਸਕਦਾ ਔਰ ਦੂਜੀ ਮੇਰੀ ਬੇਨਤੀ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਤੇ ਖਜ਼ਾਨਾ ਮੰਤਰੀ ਤੁਸੀਂ ਜੀ ਥੋੜੀ ਸਾਡੇ ਤੇ ਰਹਿਮ ਕਰੋ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਬੋਲਦੇ ਹੋ ਇੰਗਲਿਸ਼ ਚ ਹੈ ਜੀ ਉਹ ਸਾਡੇ ਉੱਪਰ ਦੀ ਲੰਗ ਜਾਂਦਾ ਤੇ ਖਜ਼ਾਨਾ ਮੰਤਰੀ ਸਾਹਿਬ ਬੋਲਦੇ ਨੇ ਉਰਦੂ ਚ ਉਹਦਾ ਵੀ ਨਹੀਂ ਪਤਾ ਲੱਗਦਾ ਕੀ ਗੱਲ ਕਰਦੇ ਆ ਇਸ ਕਰਕੇ ਤੁਹਾਨੂੰ ਪੰਜਾਬੀਆਂ ਨੇ ਵੋਟਾਂ ਪਾਈਆਂ ਨੇ ਪੰਜਾਬੀ ਚ ਗੱਲ ਕਰਿਆ ਕਰੋ ਕਿਸੇ ਦੇ ਸਮਝ ਆ ਜਾਵੇ ਹੁਣ ਖਜ਼ਾਨਾ ਮੰਤਰੀ ਸਾਹਿਬ ਦੀ ਮੈਂ ਸੁਣ ਰਿਹਾ ਸੀਗਾ ਹੁਣੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰੀ ਆ ਬੜੀਆਂ ਗੱਲਾਂ ਮੈਂ ਸ਼ਰੀਬ ਬੰਦਾ ਜੀ ਮੈਂ ਬੜਾ ਉੱਪਰ ਚੱਕਦਾ ਐਨੇ ਸਮੇਂ ਤੋਂ ਡਾਊਨ ਸੀ ਹੁਣ ਬੜਾ ਪਲੱਸ ਚੱਕ ਜਾਣਾ ਉਹ ਯਾਰ ਦਿੱਤੇ ਦਾ ਕੋਈ ਸਹਾਈ ਨਹੀਂ ਕਿਸੇ ਨੂੰ ਕੀ ਫਾਇਦਾ ਹੋਇਆ ਉਸ ਪਲੱਸ ਦਾ ਜਿਹੜੇ ਡਾਊਨ ਦਾ ਖਜ਼ਾਨਾ ਮੰਤਰੀ ਸਾਹਿਬ ਤੁਸੀਂ ਵੀ ਥੋੜਾ ਜਿਹਾ ਰਹਿਮ ਕਰੋ ਇਹ ਜਿਹੜੀਆਂ ਧਾਰਮਿਕ ਸੰਸਥਾ ਜਿਹੜੀਆਂ ਕੋਈ ਸੋਸ਼ਲ ਵਰਕਰ ਵਗੈਰਾ ਕੰਮ ਕਰ ਰਹੇ ਆ ਤੁਸੀਂ ਵੀ ਸਰਕਾਰ ਵੱਲੋਂ ਕੁਝ ਕਰ ਦਿਓ ਕੁਸ ਆਪਣੇ ਵੱਲੋਂ ਵੀ ਕਰ ਦਿਓ ਤੁਸੀਂ ਮੈਂ ਹਣੀ ਤੁਹਾਡੀ ਸੁਣ ਰਿਹਾ ਸੀ ਤੁਸੀਂ ਕਿਹਾ ਅਸੀਂ ਜਿਸ ਘਰ ਦੇ ਵਿੱਚ ਖਾ ਲਈਏ ਸਾਰੀ ਜ਼ਿੰਦਗੀ ਉਹਦੀ ਇਲਾਜ ਰੱਖਦੇ ਹਾਂ ਤੁਸੀਂ ਝੂਠ ਬੋਲ ਰਹੇ ਹੋ ਵਿੱਤ ਮੰਤਰੀ ਸਾਹਿਬ ਤੁਸੀਂ ਜੇ ਅੱਜ ਖਾ ਰਹੇ ਹੋ ਸ਼ਹੀਦ ਭਗਤ ਸਿੰਘ ਜੀ ਦਾ ਦਿੱਤਾ ਖਾ ਰਹੇ ਹੋ ਤੁਸੀਂ 2010 ਦੇ 9 ਦੇ ਵਿੱਚ ਜਾ ਕੇ ਉੱਥੇ ਸੌ ਚੱਕੀ ਸੀ ਸ਼ਹੀਦ ਭਗਤ ਸਿੰਘ ਜੀ ਦੇ ਅਸਥਾਨ ਤੇ ਤੇ ਕੀ ਮੁੱਲ ਪਾਇਆ ਜੀ ਤੁਸੀਂ ਜੇ ਅੱਜ ਤੁਸੀਂ ਵਿੱਤ ਮੰਤਰੀ ਬਣੇ ਨਾ ਉਹ ਸ਼ਹੀਦ ਭਗਤ ਸਿੰਘ ਜੀ ਦੀ ਤੇ ਉਥੋਂ ਤੁਰੇ ਥੋਂ ਨੇ ਪੀਪੀ ਪਾਰਟੀ ਬਣਾਈ ਲੋਕਾਂ ਨੇ ਤੁਹਾਡਾ ਵੋਟ ਬੈਂਕ ਬਣਾਇਆ ਉਸ ਕਰਕੇ ਤੁਹਾਨੂੰ ਅੱਜ ਵਿੱਤ ਮੰਤਰੀ ਬਣਿਓ ਕਾਂਗਰਸ ਨੇ ਤੁਹਾਨੂੰ ਤਾਂ ਹੀ ਜੁਆਇਨ ਕਰਾਇਆ ਨਾ ਵੀ ਤੁਸੀਂ ਇੰਨੀ ਵੋਟ ਲੈ ਕੇ ਸੀਗੇ ਖੜੇ ਹੋ ਕੇ ਤੁਹਾਡੇ ਬੰਦੇ ਤੇ ਤੁਸੀਂ ਕੀ ਮੁੱਲ ਪਾਇਆ ਜੀ ਉਹਦਾ ਉਹਨਾਂ ਲੋਕਾਂ ਦਾ ਕੀ ਮੁੱਲ ਪਾਇਆ ਜਿਹੜਾ ਨੇ ਤੁਹਾਨੂੰ ਉਦੋਂ ਨਾਲ ਖੜੇ ਸੀ ਤੁਹਾਡੇ ਤੇ ਹੁਣ ਤੁਸੀਂ ਅੱਜ ਵਿੱਤ ਮੰਤਰੀ ਹੋ ਕੀ ਕਰ ਰਹੇ ਹੋ ਕੱਲੀਆਂ ਗੱਲਾਂ ਨਾਲ ਗੱਲ ਨਹੀਂ ਬਣਨੀ ਹੈ ਸਾਰਿਆਂ ਨੂੰ ਜਿੰਨੇ ਵੀ ਲੀਡਰ ਸਾਹਿਬਾਨ ਨੇ ਕਿਸੇ ਵੀ ਪਾਰਟੀ ਨਾਲ ਕੋਈ ਜੁੜਿਆ ਹੋਇਆ ਜੇ ਅੱਜ ਪਬਲਿਕ ਨਾਲ ਖੜਨਾ ਚਾਹਤੇ ਆ ਤੇ ਪੰਜਾਬ ਨੂੰ ਚੰਗਾ ਸਿਰਜਣਾ ਦੇਖੋ ਇਹ ਹੁੰਦਾ ਆ ਸਦੀਆਂ ਤੋਂ ਕਿ ਜਦੋਂ ਕੋਈ ਆਫਤ ਕੋਈ ਹੜਾ ਆਉਂਦਾ ਹੈ ਕੋਈ ਕਿਸੇ ਤਰ੍ਹਾਂ ਦੀ ਪਬਲਿਕ ਤੇ ਮਾਰ ਪੈਂਦੀ ਆ ਤਾਂ ਬੜੇ ਸਰਕਾਰੀ ਖਰਚੇ ਪੈ ਜਾਂਦੇ ਆ ਉਹ ਬਿਲਾ ਚ ਹੀ ਹੁੰਦੇ ਆ ਖਾਦੇ ਜਾਂਦੇ ਆ ਪਰ ਪਬਲਿਕ ਤੱਕ ਨਹੀਂ ਪਹੁੰਚਦੇ ਇਹੀ ਆ ਨਾ ਜੀ ਤੇ ਅੱਜ ਤੁਹਾਡੇ ਲਈ ਮੌਕਾ ਅੱਜ ਇਹ ਨਹੀਂ ਪਤਾ ਉਹ ਬਿਮਾਰੀ ਮੇਰੇ ਆ ਜੇ ਤੁਹਾਡੇ ਆ ਜੇ ਆ ਹੁਣੀ ਰਿਪੋਰਟ ਦੱਸ ਰਹੇ ਸੀਗੇ ਕਿ ਲੰਮਾ ਸਮਾਂ ਵੀ ਚੱਲ ਸਕਦੀ ਆ ਕਿਦੇ ਕਰਤਕ ਪਹੁੰਚ ਜੇ ਫਿਰ ਐਡੀ ਵੱਟੀ ਇਸ ਜਾਮੇ ਸਰੀਰ ਚ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਫਿਰ ਕਿਉਂ ਨਹੀਂ ਸਾਨੂੰ ਕਰ ਲੈਣੀ ਚਾਹੀਦੀ ਹਾਂਜੀ ਦੂਜੀ ਗੱਲ ਕਈ ਭਰਾ ਇਹਨਾਂ ਮਨੋਵਲ ਕਮਜ਼ੋਰ ਕਰਖਿਆ ਚਲੋ ਬਹੁਤ ਸਾਰੇ ਐਸੇ ਪਰਿਵਾਰ ਨੇ ਹੁਣੀ ਇੱਕ ਆਈ ਆ ਤੁਸੀਂ ਦੇਖੀ ਹੋਣੀ ਐ ਅੰਮ੍ਰਿਤਸਰ ਦੀ ਇੱਕ ਬੀਬੀ ਆਪਣੀ ਭਝਾਈ ਨੂੰ ਉਹ ਗਰਪਤੀਆਂ ਰਿਕਸ਼ੇ 'ਚ ਲੈ ਕੇ ਰਸਨ ਮੰਗਣ ਜਾ ਰਹੇ ਨੇ ਇਹੋ ਜਿਹੇ ਜੇ ਕਿਤੇ ਹਾਲਾਤ ਨੇ ਤਾਂ ਉਹ ਆਂਢੀ ਗਮੰਢੀ ਨੂੰ ਵੀਰ ਕਰਨਾ ਚਾਹੀਦੀ ਆ ਹੈਲਪ ਉੱਥੇ ਤੇ ਲੋਕਲ ਬੰਦਿਆਂ ਨੂੰ ਵੀ ਕਰਨਾ ਚਾਹੀਦੀ ਆ ਸਰਕਾਰਾਂ ਤੋਂ ਪਰ ਉੱਠ ਕੇ ਐਸੇ ਹਾਲਾਤ ਨਹੀਂ ਕਿਤੇ ਆਉਣੇ ਚਾਹੀਦੇ ਖਾਸ ਕਰਕੇ ਪੰਜਾਬ 'ਚ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਤੇ ਪਰ ਇੱਕ ਆਪਾਂ ਨੂੰ ਵੀ ਸੰਜਮ ਬਾਈ ਰੱਖਣਾ ਚਾਹੀਦਾ ਥੋੜਾ ਜਿਹਾ ਅਸੀਂ ਸਾਨੂੰ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਇੱਕ ਜੀਵਨ ਜਾਂਚ ਦੇ ਕੇ ਗਈ ਆ ਕਿ 9 ਮਹੀਨਿਆਂ ਤੋਂ ਉੱਪਰ ਦਾ ਸਮਾਂ ਜਦੋਂ ਅਨੰਦਪੁਰ ਸਾਹਿਬ ਦਾ ਕਿਲੇ ਨੂੰ ਘੇਰਾ ਪੈ ਗਿਆ ਝੂਠੀਆਂ ਕਸਮਾਂ ਖਾਧੀਆਂ ਬਾਰੋ ਸਾਰਾ ਰਸਣ ਪਾਣੀ ਬੰਦ ਕਰਤਾ ਤਾਂ 9 ਮਹੀਨਿਆਂ ਦਾ ਸਮਾਂ ਸੀਗਾ ਜਦੋਂ ਗੁਰੂ ਸਾਹਿਬ ਤੇ ਸਿੰਘਾਂ ਨੇ ਉੱਥੇ ਕੋਈ ਰਸਣ ਦੀ ਐਸੀ ਕੁਛ ਨਹੀਂ ਸੀ ਲੜਾਈਆਂ ਲੜੀਆਂ ਸਾਰਾ ਕੁਝ ਹੋਇਆ ਚਲੋ ਝੂਠੀਆਂ ਕਸਮਾਂ ਖਰਕੇ ਮਾਤਾ ਜੀ ਕਹਿਣ ਲੱਗੇ ਵੀ ਆਪਾਂ ਨੂੰ ਮੰਨ ਲੈਣੀ ਚਾਹੀਦੀ ਆ ਗੁਰੂ ਸਾਹਿਬ ਨੇ ਪਹਿਲਾਂ ਕਹਿੰਦਾ ਸੀ ਵੀ ਨਹੀਂ ਇਹ ਲੋਕਾਂ ਦਾ ਕੋਈ دین ਧਰਮ ਨਹੀਂ ਹੈ ਉਹ ਜਦੋਂ ਬਾਅਦ ਦੇ ਵਿੱਚ ਪਤី ਆਪਾਂ ਨੂੰ ਕਿੱਦਾਂ ਕਿੱਦਾਂ ਕਿੱਥੋਂ ਕਿੱਥੋਂ ਹੋ ਕੇ ਹਯੂਰ ਸਾਹਿਬ ਤੱਕ ਗਏ ਕਿਹੜਾ ਹਾਲਾਤਾਂ ਚ ਗਏ ਉਹਨਾਂ ਨੇ ਸਾਨੂੰ ਜੀਵਨ ਜਾਚ ਦਿੱਤਾ ਸਾਨੂੰ ਇੱਕ ਸਿੱਖਿਆ ਦਿੱਤੀ ਆ ਅੱਜ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਰਸ਼ਮੀਸ਼ ਨਾ ਹੁੰਦਾ ਤੇ ਸਾਰੇ ਦੇਸ਼ ਵਾਸੀਆਂ ਨੂੰ ਉਹ ਸਿੱਖਿਆ ਲੈ ਲੈਣੀ ਚਾਹੀਦੀ ਆ ਜਦੋਂ ਇੰਨੀਆਂ ਜੀਆਂ ਹਾਫਤਾਂ ਨਾਲ ਆਫਤਾਂ ਨਾਲ ਇੰਨੀਆਂ ਜੀਆਂ ਲੜਾਈਆਂ ਨਾਲ ਲੜਨਾ ਪੈਂਦਾ ਫਿਰ ਕਈ ਵਾਰ ਜਿਹੜੀਆਂ ਸਰਕਾਰਾਂ ਨੇ ਉਹ ਆਪਣੇ ਮਤਵਲ ਸਿਤ ਕਰਦੀਆਂ ਨੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਦੀਆਂ ਨੇ ਉਹਨਾਂ ਸਾਰੀਆਂ ਗੱਲਾਂ ਤੋਂ ਸੁਚੇਤ ਹੋ ਕੇ ਸਾਨੂੰ ਖੁਦ ਨੂੰ ਵੀ ਸਟ੍ਰੌਂਗ ਹੋਣਾ ਚਾਹੀਦਾ ਸਾਨੂੰ ਖੁਦ ਨੂੰ ਵੀ ਪਾਵਰਫੁੱਲ ਹੋਣਾ ਚਾਹੀਦਾ ਜੇ ਕੋਈ ਇਹੋ ਜਿਹਾ ਆਂਢੀ ਗੁਮਾਂਢੀ ਕਿਤੇ ਨੇੜੇ ਤੇੜੇ ਲੱਗਦਾ ਹੈ ਕਿ ਇਸ ਬੰਦੇ ਦੀ ਸਾਨੂੰ ਹੈਲਪ ਕਰਨੀ ਚਾਹੀਦੀ ਤਾਂ ਕਰੋ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਮੈਂ ਪਹਿਲਾਂ ਇੰਗਲਿਸ਼ ਚ ਦੇ ਕੇ ਭਾਸ਼ਣ ਕਿਸੇ ਦੇ ਪਵੇ ਪੱਲੇ ਕਿਸੇ ਦੇ ਨਾ ਪਵੇ ਤੇ ਵਿੱਤ ਮੰਤਰੀ ਸਾਹਿਬ ਤਾਂ ਆਉਣ ਲੱਗਦਾ ਜਿਵੇਂ ਪਾਕਿਸਤਾਨ ਦੇ ਵਜ਼ੀਰ ਹੁੰਦੇ ਉਰਦੂ ਚੀ ਗੱਲ ਕਰਦੇ ਉਹਨਾਂ ਨੇ ਤਾਂ ਕਦੇ ਪੰਜਾਬੀ ਚ ਪਤੰਦਰ ਨੇ ਬਗੈਰ ਸ਼ੇਰਾ ਸ਼ੇਰੀ ਤੋਂ ਅੱਜ ਐਡਾ ਕੁਝ ਹੋ ਰਿਹਾ ਉਹ ਆਪਣੀ ਹੱਥ ਤੋਂ ਨਹੀਂ ਹਟ ਸਕਦਾ ਇਸ ਕਰਕੇ ਸਾਨੂੰ ਇੱਕ ਦੂਜੇ ਨੂੰ ਐ ਜਿਹੜਾ ਸਾਰਿਆਂ ਨੂੰ ਉਹ ਖੜਨਾ ਪੈਣਾ ਦੁਬਾਰਾ ਫੇਰ ਜਿੰਨੇ ਲੀਡਰ ਨੇ ਜਿੰਨੀਆਂ ਪਾਰਟੀਆਂ ਦੇ ਐਮ ਐਲ ਏ ਐਮ ਪੀ ਮੰਤਰੀ ਜਿਹੜੇ ਬਣੇ ਆ ਉਹ ਵੀ ਜ਼ਰੂਰ ਆਪਣੀ ਪਰਜਾ ਦੇ ਨਾਲ ਖੜਨਾ ਚ ਖੜਨ ਦਾ ਮੌਕਾ ਪਰਜਾ ਤੁਹਾਡੇ ਨਾਲ ਖੜਦੀ ਐ ਅੱਜ ਕੋਈ ਨਾ ਕੋਈ ਹੈਲਪ ਜ਼ਰੂਰ ਕਰੋ 3 ਮਹੀਨਿਆਂ ਦੀ ਤੁਹਾਡੀ ਘੱਟੋ ਘੱਟ ਜੇ ਸਾਲ ਦੀ ਕਰ ਦੋ ਤਾਂ ਵੱਡੀ ਤਾਂ ਗੱਲੇ ਕੋਈ ਨਹੀਂ ਪਰ ਜੇ 3 ਮਹੀਨਿਆਂ ਦੀਆਂ ਚਿੰਨੀਆਂ ਤੁਹਾਨੂੰ ਪੈਨਸ਼ਨਾਂ ਜਿੰਨਾ ਤੁਹਾਨੂੰ ਜੋ ਵੀ ਮਿਲ ਰਿਹਾ ਤੁਸੀਂ ਇਹ ਅਰਦਾਸ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ ਅੱਜ ਸਾਨੂੰ ਇੰਨਾ ਕੁਸ ਪਬਲਿਕ ਨੇ ਦਿੱਤਾ ਸਾਡੀਆਂ ਜ਼ਿੰਦਗੀਆਂ ਬਣਾਤੀਆਂ ਸਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਬਣਾਤੀਆਂ ਅੱਜ ਅਸੀਂ ਇਹਨਾਂ ਦੇ ਨਾਲ ਖੜਨਾ ਤਾਂ ਤੁਹਾਨੂੰ ਖੜਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿੰਨੇ ਜੁੜੇ ਹੋ ਹਮੇਸ਼ਾ ਹੀ ਤੁਸੀਂ ਬਹੁਤ ਪਿਆਰ ਦਿੰਨੇ ਹੋ ਸਤਿਕਾਰ ਦਿੰਨੇ ਹੋ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ